ਵੱਡਾ ਜੂਨਪੁਰਾ ਸਰਾਵਾਂ ਦਾ। ਅੱਛਾ, ਵੱਡਾ ਜੂਨਪੁਰਾ ਸਰਾਵਾਂ ਦਾ। ਹਾਂਜੀ, ਤੇ ਜਿੱਥੇ ਹੁਣ ਅਸੀਂ ਬੈਠੇ ਆ ਇਹ ਕਿਹੜੀ ਜਗ੍ਹਾ ਤੇ ਬੈਠੇ ਆ? ਇਹ ਚੌਧਰੀ ਮਿੱਠਾ ਸਿੰਘ ਦੀ ਜ਼ਮੀਨ ਹੈ। ਅੱਛਾ, ਚੌਧਰੀ ਮਿੱਠਾ ਸਿੰਘ ਦੀ। 12-13 ਸਿੱਖਾਂ ਦੇ ਘਰ ਸੀ। ਅੱਛਾ, ਤੇ 12-13 ਹੀ ਇਹਨਾਂ ਚੌਧਰੀਆਂ ਦੇ ਘਰ ਸਨ ਮੁਸਲਮਾਨਾਂ ਦੇ। ਹਾਂਜੀ। ਅੱਛਾ, ਤੇ ਹੈ ਸਿੱਖ ਵੀ ਸਰਾਹ ਸੀ ਤੇ ਮੁਸਲਮਾਨ ਵੀ ਸਰਾਹ ਸੀ। ਮੁਸਲਮਾਨ ਵੀ ਸਰਾਹ ਸੀ। ਇਹ ਫਿਰ ਇੱਕੋ ਦਾਦੇ ਦੀ ਲਾਦ ਹੋਈ? ਇੱਕੋ ਦਾਦੇ ਦੀ ਲਾਦ। ਚੌਧਰੀ ਮਿੱਠਾ ਸਿੰਘ, ਦੂਸਰੇ ਹਰਨਾਮ ਸਿੰਘ ਸੀ। ਅੱਛਾ, ਉਹਦੀ ਕਿੰਨੀ ਕੁ ਪੈਲੀ ਸੀ ਹਰਨਾਮ ਸਿੰਘ ਦੀ ਇੱਥੇ? ਉਹਦੀ ਬੜੀ ਸੀ ਆਸਾਰ, ਪਰ ਮਲੂਕ ਵਾਲੇ ਤੋਂ ਪਹਿਲੇ ਪਾਸੇ ਸਾਰੀ ਉਹਦੀ ਪੈਲੀ। ਅੱਛਾ ਅੱਛਾ। ਦੂਸਰੇ ਇੱਕ ਚੌਧਰੀ ਬਲਕਾਰ ਸਿੰਘ ਸੀ। ਅਸਲਾਮ ਅਲੈਕੁਮ, ਮੈਂ ਹਾਂ ਨਜ਼ਰ ਬੂਬਕ ਅਤੇ ਵੀਰੋ ਤੁਸੀਂ ਵੇਖ ਰਹੇ ਹੋ ਪੰਜਾਬੀ ਸਾਂਝ TV। ਅਤੇ ਵੀਰਾਂ ਨੂੰ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਅਤੇ ਨਾਲ ਦੀ ਘੰਟੀ ਨੂੰ ਪ੍ਰੈਸ ਕਰੋ। ਤੁਹਾਨੂੰ ਪਤਾ ਕਿ ਵੀਰੋ, ਜਿਸ ਤਰ੍ਹਾਂ ਅਸੀਂ ਵੱਖ ਵੱਖ ਥਾਂ 'ਤੇ ਜਾ ਕੇ ਬਜ਼ੁਰਗਾਂ ਨਾਲ ਗੱਲਬਾਤ ਕਰੀਦੀ ਹੈ ਪਾਰਟੀਸ਼ਨ ਦੇ ਹਵਾਲੇ ਦੀ, ਅਤੇ ਚਲੋ ਬਜ਼ੁਰਗਾਂ ਨਾਲ ਗੱਲਬਾਤ ਕਰਦੇ, ਇਹਨਾਂ ਦੀ ਆਪ ਬੀਤੀ ਪੁੱਛਦੇ ਹਾਂ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਅਸਲਾਮ ਜੀ। ਬਾਬਾ ਜੀ, ਕੀ ਨਾਂ ਤੁਹਾਡਾ ਬਾਬਾ ਜੀ? ਮੇਰਾ ਨਾਂ ਜੀ ਵਿਲਾਇਤ ਮਸੀਹ। ਅੱਛਾ, ਵਿਲਾਇਤ ਮਸੀਹ। ਹਾਂਜੀ। ਅਤੇ ਤੁਹਾਡੇ ਅੱਬਾ ਜੀ ਦਾ ਕੀ ਨਾਂ ਹੈ? ਮੇਰੇ ਅੱਬਾ ਜੀ ਦਾ ਨਾਂ ਹੈ ਹਾਕਮ। ਅਤੇ ਤੁਹਾਡੇ ਦਾਦਾ ਜੀ ਦਾ ਕੀ ਨਾਂ ਹੈ? ਅਬਦੁੱਲਾ। ਅਬਦੁੱਲਾ। ਅਤੇ ਆਪਣੀ ਕਿੰਨੀ ਕੁ ਉਮਰ ਹੋ ਗਈ ਹੈ? ਮੇਰੀ ਜਦੋਂ ਪਾਕਿਸਤਾਨ ਬਣਿਆ ਉਦੋਂ ਮੈਂ 13-14 ਸਾਲਾਂ ਦਾ। ਅੱਛਾ, 13-14 ਸਾਲਾਂ ਦਾ। ਤੇ ਮਹਾਜਰ ਹੋ ਜਾਂ ਵਸਿੰਦੇ ਹੋ? ਅਸੀਂ ਇੱਥੋਂ ਦੇ ਵਸਿੰਦੇ ਹਾਂ। ਵਸਿੰਦੇ, ਪਹਿਲੇ ਰਹਿਣ ਵਾਲੇ ਪਿੰਡ ਦੇ? ਹਾਂਜੀ। ਤੇ ਆਪਣਾ ਪਿੰਡ ਕਿਹੜਾ ਹੈ ਤੁਹਾਡਾ? ਵੱਡਾ ਜੂਨਪੁਰਾ ਸਰਾਵਾਂ ਦਾ। ਅੱਛਾ, ਵੱਡਾ ਜੂਨਪੁਰਾ ਸਰਾਵਾਂ ਦਾ। ਹਾਂਜੀ। ਤੇ ਜਿੱਥੇ ਹੁਣ ਅਸੀਂ ਬੈਠੇ ਹਾਂ ਇਹ ਕਿਹੜੀ ਜਗ੍ਹਾ ਤੇ ਬੈਠੇ ਹਾਂ? ਇਹ ਚੌਧਰੀ ਮਿੱਠਾ ਸਿੰਘ ਦੀ ਜ਼ਮੀਨ ਹੈ। ਅੱਛਾ, ਚੌਧਰੀ ਮਿੱਠਾ ਸਿੰਘ ਦੀ। ਰੇਲਵੇ ਲਾਈਨ ਤੇ ਬੈਠੇ ਜਿਹੜੀ ਨਨਕਾਣਾ ਸਾਹਿਬ ਨੂੰ ਜਾਂਦੀ? ਹਾਂਜੀ ਹਾਂਜੀ। ਅੱਛਾ ਬਾਬਾ ਜੀ, ਆਪਣਾ ਜੀਵਨਪੁਰਾ ਪਿੰਡ ਕਿੱਡਾ ਕੁ ਵੱਡਾ ਸੀ ਉਸ ਵੇਲੇ? ਉਦੋਂ ਛੋਟਾ ਸੀ ਤੇ ਹੁਣ ਬਹੁਤ ਜ਼ਿਆਦਾ ਵੱਡਾ ਹੋ ਗਿਆ। ਅੱਛਾ, ਉਦੋਂ ਕਿੰਨੇ ਕੁ ਘਰ ਰਹਿੰਦੇ ਸੀ ਸਾਰੇ ਬਰਾਦਰੀ? ਉਦੋਂ ਮੇਰੇ ਕੋਲ 12-13 ਸਿੱਖਾਂ ਦੇ ਘਰ ਸੀ। ਅੱਛਾ, ਤੇ 12-13 ਹੀ ਇਹਨਾਂ ਚੌਧਰੀਆਂ ਦੇ ਘਰ ਸਨ ਮੁਸਲਮਾਨਾਂ ਦੇ। ਹਾਂਜੀ। ਤੇ ਤੁਹਾਡੀ ਕਿੰਨੀ ਕੁ ਬਰਾਦਰੀ ਉਦੋਂ ਰਹਿੰਦੀ ਸੀ? ਸਾਡੀ ਉਦੋਂ ਕੁਛ 16-17 ਘਰ ਸਨ। ਇਹਦਾ ਮਤਲਬ ਕੋਈ 35-40 ਘਰ ਹੈ ਸਨ? ਹਾਂਜੀ ਹਾਂਜੀ। ਅੱਛਾ, ਤੇ ਆਪਣਾ ਇੱਥੇ ਖੂਹ ਕਿੰਨੇ ਸੀ ਉਦੋਂ ਤੁਹਾਡੇ ਪਿੰਡ ਦੇ ਵਿੱਚ? ਇੱਥੇ ਜੀ ਖੂਹ 12-13 ਸਨ। ਅੱਛਾ ਅੱਛਾ, ਖੂਹ 12-13 ਸਨ। ਹਾਂ। ਅੱਛਾ, ਉਹ ਖੂਹਾਂ ਦੇ ਨਾਂ ਯਾਦ ਆ? ਹਾਂਜੀ। ਦੱਸੋ ਉਹਨਾਂ ਦੇ ਨਾਂ। ਮਲੂਕ ਵਾਲਾ। ਅੱਛਾ। ਲਾਂਦਾ ਖੂਹ। ਹਾਂ ਹਾਂ। ਫਟਾਣੀ ਵਾਲਾ ਖੂਹ। ਅੱਛਾ। ਆਹ ਖਰਸੂਆਣ ਦਾ ਖੂਹ। ਆਹ ਚੌਧਰੀ ਸਰਦਾਰ ਦਾ ਖੂਹ ਸੀ ਨਵਾਂ। ਅੱਛਾ। ਤੇ ਆਹ ਦੂਸਰਾ ਅਰਾਈਆਂ ਦਾ ਖੂਹ ਸੀ। ਅੱਛਾ। ਹਾਂਜੀ, ਇਹ ਬੱਚਾ ਸਵੇਰੇ ਦੇ ਆਹ ਨਵਾਂ ਖੂਹ ਸੀ ਬਸ। ਅੱਛਾ ਬਾਬਾ ਜੀ, ਇਹ ਦੱਸੋ ਕਿ ਜਿਹੜੇ ਸਿੱਖ ਸੀ ਉਹ ਸਾਰੇ ਮਾਲਕ ਸਨ ਇੱਥੇ? ਹਾਂਜੀ, ਸਾਰੇ ਮਾਲਕ ਸਨ। ਸਾਰੇ ਮਾਲਕ ਸਨ? ਬਿਲਕੁਲ। ਤੇ ਮੁਸਲਮਾਨ? ਉਹ ਵੀ ਸਾਰੇ ਮਾਲਕ ਸਨ। ਤੇ ਤੁਸੀਂ ਕ੍ਰਿਸਚਨ ਬਰਾਦਰੀ ਵੀ ਮਾਲਕ ਹੈ ਸੀ? ਹਾਂਜੀ। ਨਹੀਂ ਜੀ। ਤੁਹਾਡੀ ਮਾਲਕ? ਅਸੀਂ ਇਹਨਾਂ ਦੇ ਨੌਕਰ ਹੀ ਰਹੇ ਹਾਂ, ਸਿੱਖਾਂ ਦੇ ਤੇ ਮੁਸਲਮਾਨਾਂ ਦੇ। ਹਾਂਜੀ। ਅੱਛਾ ਬਾਬਾ ਜੀ, ਇਹ ਦੱਸੋ ਕਿ ਸਿੱਖਾਂ ਦਾ ਲੰਬੜਦਾਰ ਦਾ ਨਾਂ ਕੀ ਸੀ? ਚੌਧਰੀ ਮਿੱਠਾ ਸਿੰਘ। ਮਿੱਠਾ ਸਿੰਘ। ਤੇ ਮਿੱਠਾ ਸਿੰਘ ਜਿਹੜਾ ਸੀ ਉਹਦੀ ਜ਼ਮੀਨ ਹੈ ਸੀ ਬਹੁਤ ਜ਼ਿਆਦਾ? ਉਹ ਕਿੰਨਾ ਕੁ ਮਾਲਕ ਸੀ? ਉਹ ਜੀ 6-7 ਮਰਬੇ ਕਰ ਲਓ ਜਾਂ 5 ਮਰਬੇ ਕਰ ਲਓ ਵੀ ਮਾਲਕ ਹੈ ਸੀ, ਇਹਨਾਂ ਕੋਲ ਮਾਲਕ ਆਈ ਸੀ। ਅੱਛਾ ਅੱਛਾ, ਤੇ ਉਹਦੀ ਪੈਲੀ ਪਿੰਡੋਂ ਕਿਹੜੇ ਪਾਸੇ ਸੀ? ਸਾਰੇ ਚਾਸ ਫੇਰੋ ਜੂਨ ਫੇਰੋ ਲੱਗ ਕੇ ਥੋੜ੍ਹਾ ਆਈਏ ਤੋੜੀ। ਅੱਛਾ ਅੱਛਾ, ਆਈਏ ਤੱਕ ਠੀਕ ਹੋ ਗਿਆ। ਆਈਆ ਵਿਰਕਾ ਪਿੰਡ ਤੱਕ ਉਹਨਾਂ ਦੀ ਪੈਲੀ ਸੀ। ਹਾਂਜੀ। ਤੇ ਮੁਸਲਮਾਨ ਕਿੰਨੇ ਕੁ ਮਾਲਕ ਸਨ? ਉਹਨੇ ਜਿੰਨੇ ਉਹ ਸਨ ਉਹਨੇ ਇਹ ਸਨ। ਅੱਛਾ, ਤੇ ਹੈ ਸਿੱਖ ਵੀ ਸਰਾਹ ਸੀ ਤੇ ਮੁਸਲਮਾਨ ਵੀ ਸਰਾਹ ਸੀ? ਮੁਸਲਮਾਨ ਵੀ ਸਰਾਹ ਸੀ। ਇਹ ਫਿਰ ਇੱਕੋ ਦਾਦੇ ਦੀ ਲਾਦ ਹੋਈ? ਇੱਕੋ ਦਾਦੇ ਦੀ ਲਾਦ। ਅੱਛਾ ਅੱਛਾ, ਤੇ ਇਹਨਾਂ ਦੇ ਜਿਹੜਾ ਮੁਸਲਮਾਨ ਜਿਹੜੇ ਸੀ ਆਪਣਾ ਸਿੱਖ ਜਿਹੜੇ ਮੁਸਲਮਾਨ ਹੋਏ ਸੀ? ਹਾਂਜੀ। ਜਿਹੜੇ ਸਿੱਖ ਸਨ ਉਹ ਜਿਹੜਾ ਘਰ ਮੁਸਲਮਾਨ ਹੋ ਗਿਆ ਉਹਨਾਂ ਦਾ ਨਾਂ ਪਤਾ ਕਿ ਕਿਹੜਾ ਮੁਸਲਮਾਨ ਹੋਇਆ ਸੀ? ਚੌਧਰੀ ਫਤਿਹਦੀਨ। ਅੱਛਾ। ਇਹਨਾਂ ਦਾ ਪਿਓ ਸੀ। ਅੱਛਾ। ਛੋਟਾ ਫਤਿਹਦੀਨ। ਅੱਛਾ। ਦੂਸਰਾ ਆਪਣਾ ਚੌਧਰੀ ਗੌਸ, ਚੌਧਰੀ ਗੁਲਾਮ। ਚੌਧਰੀ ਗੁਲਾਮ ਤੋਂ ਇੱਕ ਮੰਦਾ ਸੀ। ਅੱਛਾ। ਇੱਕ ਦੂਸਰਾ ਇਹ ਆਪਣਾ ਮੁਬਲਾ ਸੀ, ਇਹ ਅੱਡੋ ਅੱਡੀ ਫਿਰ ਸਾਰੇ ਇਹਨਾਂ ਦੇ ਵੱਡੇ ਸਾਰੇ। ਅੱਛਾ ਅੱਛਾ ਅੱਛਾ, ਅਤੇ ਜਿਹੜਾ ਸਿੱਖ ਸੀ
सिख भी इत्थे सारे मालक सन ते उहनां दा लंबड़दार दा नां की सी? चौधरी मिठा सिंह। मिठा सिंह ते मुसलमानां दा लंबड़दार दा की नां सी? चौधरी इब्राहिम। चौधरी इब्राहिम, हाँ जी ठीक हो गया। उन्होंने पैली किधर साइड से जो लंबड़दार इब्राहिम सी? पैली आ सारी जिनी भी है। अच्छा, चढ़ते पास सिखा दी सी, लेंदे पास मुसलमान दी सी? हाँ जी, आप सब बड़ी पैली सी उन्होंने लांदे चोड़ी। अच्छा अच्छा, लांदे चोड़े, हाँ जी ठीक हो गया। तो उदो ये 12-13 घर सिखा दे सी, 12-13 घर मुसलमान दे, हाँ जी है, इको दादे दी ला सी। तो ये आपस से लड़ते नहीं सी? नहीं जी, लड़ते नहीं सी, बड़ा सलूक सी, बह के रल के एक दूसरे ना बातचीत चीता करते थे। अच्छा, प्यार मोहब्बत करते थे। अच्छा अच्छा, ठीक हो गया। तो पिंडों गुरुद्वारा केड़े पासे सी? ਵਿਚਕਾਰ ਹੀ ਪਿੰਡ ਦੇ ਵਿਚਕਾਰ ਹੀ। ਅਤੇ ਮਸਜਿਦ ਕਿਹੜੇ ਪਾਸੇ ਸੀ? ਨਾਲ ਹੀ ਪਹਿਲੇ ਪਾਸੇ। ਅੱਛਾ ਅੱਛਾ, ਅਤੇ ਜਦੋਂ ਮੁਸਲਮਾਨ ਆਪਣੀਆਂ ਕੁਰਬਾਨੀਆਂ ਕਰਦੇ ਸੀ, ਸਿੱਖ ਨਹੀਂ ਸੀ ਕੁਛ ਕਹਿੰਦੇ ਵੀ ਤੁਸੀਂ ਹੁਣ ਡੰਗਰ ਕਰਨ ਲੱਗੇ ਹੋ ਜ਼ਿਬਾ, ਇਹਨਾਂ ਦੇ ਕੋਈ ਲੜਾਈ ਝਗੜੇ ਤਾਂ ਨਹੀਂ ਸੀ ਹੁੰਦੇ? ਲੜਾਈ ਝਗੜਾ ਸਿਰਫ ਗਾਂ ਨਹੀਂ ਸਨ ਕਰਨ ਦਿੰਦੇ, ਹੋਰ ਸਾਰਾ ਕੰਮ ਕਰੋ। ਅੱਛਾ ਅੱਛਾ, ਗਾਂ ਨਹੀਂ ਸੀ ਕਰਨ ਦਿੰਦੇ? ਕੋਈ ਇੱਥੇ ਹਿੰਦੂਆਂ ਦੇ ਘਰ ਵੀ ਆਇਆ ਸੀ ਕਿ ਸਿਰਫ ਸਿੱਖਾਂ ਦੇ ਸੀ? ਸਾਰੇ ਹਿੰਦੂਆਂ ਦੇ ਘਰ, ਆਪਣਾ ਬਲੋਚਾਂ ਦੀ ਬਸਤੀ ਦੇ ਨਾਲ ਹਿੰਦੂਆਂ ਦੇ ਘਰ ਤਾਂ। ਅੱਛਾ ਅੱਛਾ, ਠੀਕ ਹੋ ਗਿਆ, ਠੀਕ ਹੋ ਗਿਆ। ਅਤੇ ਫਿਰ ਜਦੋਂ ਇੱਥੇ ਬਾਬਾ ਜੀ ਸਿੱਖਾਂ ਦੀਆਂ ਸ਼ਾਦੀਆਂ ਹੁੰਦੀਆਂ ਸੀ, ਇਹ ਤੁਹਾਨੂੰ ਬੁਲਾਉਂਦੇ ਸੀ ਆਪਸ 'ਚ? ਹਾਂਜੀ ਬਿਲਕੁਲ ਜੀ, ਸੱਦਦੇ ਸਨ ਘਰ। ਅੱਛਾ, ਹਾਂਜੀ, ਸਾਰੇ ਮੁਸੀਬ ਬਲਾਦਰੀ ਜਿੰਨੀ ਹੈ ਉਹ ਸਾਡੇ ਕੋਲ ਆਓ, ਅਸੀਂ ਤੁਹਾਨੂੰ ਰੋਟੀ ਪਾਣੀ ਦਈਏ। ਅੱਛਾ, ਹਾਂਜੀ, ਅਤੇ ਮੁਸਲਮਾਨਾਂ ਨੂੰ ਵੀ ਬੁਲਾਉਂਦੇ ਸੀ? ਹਾਂਜੀ, ਉੱਧਰ ਮੇਲ ਭਾਜੀ ਸੀ। ਅੱਛਾ, ਮੁਸਲਮਾਨਾਂ ਨਾਲ ਵੀ? ਹਾਂਜੀ ਬਿਲਕੁਲ। ਅੱਛਾ ਅੱਛਾ, ਅਤੇ ਤੁਸੀਂ ਕਿਹੜੇ ਘਰ ਨਾਲ ਬਾਬਾ ਜੀ ਕੰਮ ਕਰਦੇ ਹੁੰਦੇ ਸੀ ਸਿੱਖਾਂ ਦੇ ਨਾਲ? ਅਸੀਂ ਸਾਰਿਆਂ ਨੇ ਕਰਦੇ, ਮੈਂ ਤਾਂ ਬਹੁਤਾ ਨਹੀਂ ਤਾਂ ਮੌਲੇ ਦਾ ਸੀ ਉਹਦੇ ਨਾਲ ਕਰਦਾ ਸਾਂ। ਅੱਛਾ, ਉਹ ਵੀ ਸਿੱਖ ਸੀ? ਨਹੀਂ, ਉਹ ਮੁਸਲਮਾਨ ਸੀ। ਅੱਛਾ ਅੱਛਾ, ਅਤੇ ਸਾਡਾ ਪਿਓ ਜਿਹੜਾ ਸੀ ਉਹ ਸਾਰਿਆਂ ਸਿੱਖਾਂ ਨਾਲ ਹੀ ਲਗਾ ਫਿਰਦਾ ਸੀ, ਉਹ ਚੌਕੀ ਚਾਕੀ ਕਰਦਾ ਸੀ ਉਰਾਂ ਪਰਾਂ। ਅੱਛਾ ਅੱਛਾ, ਹਾਂਜੀ, ਅਤੇ ਉਦੋਂ ਤੁਸੀਂ ਡੰਗਰ ਵੀ ਰੱਖੇ ਸੀ ਕਿ ਨਹੀਂ? ਹਾਂਜੀ ਰੱਖੇ ਸਨ, ਇੱਕ ਦੋ ਮੱਝੀ ਸਨ, ਇੱਕ ਝੋਟੀ ਸੀ, ਇੱਕ ਖੋਤੀ। ਅੱਛਾ, ਤੁਸੀਂ ਉਹਨਾਂ ਦਾ ਕੰਮ ਸ਼ੰਮ ਕਰਦੇ ਸੀ ਅਤੇ ਜਦੋਂ ਕਿਸੇ ਪੈਸਿਆਂ ਦੀ ਜਾਂ ਦਾਣੇ ਫੱਕੇ ਦੀ ਲੋੜ ਪੈਂਦੀ ਸੀ ਤਾਂ ਚਲੇ ਜਾਂਦੇ ਸੀ? ਬਿਲਕੁਲ ਜੀ, ਉਹ ਸਾਨੂੰ ਆਪ ਖੁਦ ਦਿੰਦੇ ਸਨ, ਸਿੱਖ ਜਿਹੜੇ ਸਨ। ਹਾਂਜੀ। ਅੱਛਾ ਅੱਛਾ, ਸਾਡੀ ਮਾਂ ਜਿਹੜੀ ਇੱਥੋਂ ਦੀ ਧੀ ਸੀ। ਅੱਛਾ, ਜੋ ਬੜਾ ਹਯਾ ਕਰਦੇ ਸਨ ਸਿੱਖ ਤੁਹਾਡਾ? ਹਾਂਜੀ। ਅੱਛਾ ਅੱਛਾ, ਅਤੇ ਮੁਸਲਮਾਨ ਆਲ ਵੀ ਚਲੇ ਜਾਂਦੇ ਸੀ, ਉਹ ਵੀ ਦੇ ਦਿੰਦੇ? ਹਾਂਜੀ, ਇਹ ਵੀ ਬੜਾ ਹਯਾ ਕਰਦੇ। ਮੇਰੀ ਮਾਂ ਜਿਹੜੀ ਸੀ, ਹਾਂਜੀ, ਇਹ ਬੁੱਢੇ ਦੀ, ਮੇਰੀ ਮਾਂ ਦਾ ਪਿਓ ਜਿਹੜਾ ਉਹਦਾ ਨਾਂ ਸੀ ਬੁੱਢਾ। ਅੱਛਾ, ਉਹਦੀ ਧੀ ਸੀ ਜੀ, ਬੜੀ ਨੇਕ ਬਖਤ ਸੀ। ਅੱਛਾ, ਅਤੇ ਉਹ ਹਯਾ ਕਰਦੇ ਸਨ ਇੱਥੋਂ ਦੇ ਸਾਰੇ, ਚੌਧਰੀ ਸਿੱਖ ਵੀ ਮੁਸਲਮਾਨ ਵੀ। ਅੱਛਾ ਅੱਛਾ ਅੱਛਾ, ਉਹ ਹਯਾ ਕਰਦੇ ਸਨ ਵੀ ਚਲੋ ਮੁਰਾਦਾਂ। ਜਦੋਂ ਮੁਸਲਮਾਨਾਂ ਦੀਆਂ ਸ਼ਾਦੀਆਂ ਹੁੰਦੀਆਂ ਸੀ, ਮੁਸਲਮਾਨ ਵੀ ਸਿੱਖਾਂ ਨੂੰ ਇੱਦਾਂ ਹੀ ਸੱਦਦੇ ਸੀ? ਹਾਂਜੀ, ਇੱਦਾਂ ਹੀ ਜੀ। ਅੱਛਾ, ਇਹ ਆਪਸ 'ਚ ਕਦੀ ਪਹਿਲੇ ਲੜੇ ਤਾਂ ਨਹੀਂ ਸੀ? ਨਹੀਂ ਜੀ, ਨਹੀਂ ਜੀ, ਇਸ ਲੜਾਈ ਵਾਲਾ ਕੋਈ ਨਹੀਂ ਸੀ। ਇੱਕ ਇੱਕ ਦਾਦੇ ਦੀ ਔਲਾਦ ਕਿਵੇਂ ਲੜ ਸਕਦੀ ਹੈ? ਅੱਛਾ ਅੱਛਾ, ਠੀਕ ਹੋ ਗਿਆ। ਅਤੇ ਪਹਿਲੇ ਤੁਸੀਂ ਦੱਸਿਆ ਵੀ ਪਿਆਰ ਮੁਹੱਬਤ ਨਾਲ ਰਹਿੰਦੇ ਸੀ, ਖਾਂਦੇ ਪੀਂਦੇ ਸੀ, ਅਤੇ ਜਿਹੜੇ ਇੱਥੇ ਸਿੱਖ ਸੀ, ਤੁਹਾਨੂੰ ਕਿਸੇ ਸਿੱਖਾਂ ਵੱਡਿਆਂ ਦੇ ਨਾਂ ਆਉਂਦੇ ਨੇ? ਹਾਂਜੀ, ਉਹਨਾਂ ਦੇ ਨਾਂ ਦੱਸੋ। ਹਾਂਜੀ, ਚੋਰੀ ਮਿੱਠਾ ਸਿੰਘ। ਅੱਛਾ, ਚੋਰੀ ਮਿੱਠਾ ਸਿੰਘ। ਅੱਛਾ, ਉਹਦੀ ਕਿੰਨੀ ਪੈਲੀ ਸੀ ਮਿੱਠਾ ਸਿੰਘ ਦੀ? ਉਹਦੀ 4-5 ਮੁਰੱਬੇ ਕਰ ਲਓ। ਅਤੇ ਉਹਦੇ ਬੱਚਿਆਂ ਦੇ ਨਾਂ ਆਉਂਦੇ ਨੇ? ਉਹਦੇ ਅੱਗੇ ਬੱਚਿਆਂ ਦਾ, ਉਹ ਅੱਗੇ ਤੁਰ ਗਿਆ ਸਨ। ਅੱਛਾ ਅੱਛਾ, ਅਤੇ ਦੂਸਰੇ ਜਿਹੜੇ ਸਰਦਾਰ ਨੇ? ਦੂਸਰੇ ਇੱਕ ਹਰਨਾਮ ਸਿੰਘ ਸੀ। ਅੱਛਾ, ਉਹਦੀ ਕਿੰਨੀ ਕੁ ਪੈਲੀ ਸੀ ਹਰਨਾਮ ਸਿੰਘ ਦੀ ਇੱਥੇ? ਉਹਦੀ ਬੜੀ ਸੀ, ਆਸਾਰ ਪਰਾ ਮਲੂਕ ਵਾਲੇ ਤੋਂ ਪਹਿਲੇ ਪਾਸੇ ਸਾਰੀ ਉਹਦੀ ਪੈਲੀ ਸੀ। ਅੱਛਾ ਅੱਛਾ, ਉਹਦੇ ਬੱਚੇ ਵੀ ਆਇਆ ਸੀ? ਹਾਂਜੀ, ਉਹ ਨਾਲ ਹੀ ਤੁਰ ਗਏ ਸਨ ਨਿੱਕੇ ਨਿੱਕੇ। ਅੱਛਾ ਅੱਛਾ, ਅਤੇ ਦੂਸਰੇ ਇੱਕ ਚੌਧਰੀ ਬਲਕਾਰ ਸਿੰਘ ਸੀ। ਅੱਛਾ, ਉਹਦੇ ਵੀ ਬੱਚੇ ਆਇਆ ਸੀ ਕਿ ਨਹੀਂ? ਉਹਦੇ ਬੱਚੇ ਹੀ ਸਨ। ਉਹਨਾਂ ਦੇ ਨਾਂ ਯਾਦ ਆ? ਹਾਂਜੀ, ਨਹੀਂ, ਉਹਨਾਂ ਦੇ ਬੱਚੇ ਉਹਨਾਂ ਦੇ ਨਾਲ ਹੀ ਤੁਰ ਕੇ ਸਨ, ਨਿੱਕੇ ਨਿੱਕੇ ਹੁੰਦੇ ਸਨ। ਅੱਛਾ, ਉਹਨਾਂ ਬੱਚਿਆਂ ਦੇ ਨਾਂ ਨਹੀਂ ਯਾਦ ਆਇਆ ਤੁਹਾਨੂੰ? ਨਹੀਂ, ਯਾਦ ਨਹੀਂ। ਅੱਛਾ ਅੱਛਾ, ਅਤੇ ਦੂਸਰਾ ਇੱਕ ਆ ਉਰਲੇ ਪਾਸੇ ਐਨ ਜਿੱਥੇ ਚੌਧਰੀ ਰਹਿੰਦੇ ਨੇ, ਇੱਧਰ ਚੌਧਰੀ ਸਨ, ਅਤੇ ਸਾਰੇ ਜਿੰਨੇ ਹਨ ਸਿੱਖ ਅੱਗੋਂ ਉਹਨਾਂ ਦੇ, ਉਦੋਂ ਨਿੱਕੇ ਨਿੱਕੇ ਅਸੀਂ ਹੁੰਦੇ ਸਾਂ। ਅੱਛਾ, ਕਿਸੇ ਦਾ ਨਾਂ ਆਇਆ, ਕਿਸੇ ਦਾ ਨਾਂ ਆਇਆ। ਅੱਛਾ, ਉਹ ਇਸ ਤਰ੍ਹਾਂ ਕਰਕੇ ਫਿਰ ਉਹ ਅਗਾਂਹ ਹੀ ਟੁਰ ਗਏ। ਫਿਰ ਇਹਦਾ ਮਤਲਬ ਤੁਸੀਂ ਉਹਨਾਂ ਦੇ ਸਿੱਖਾਂ ਦੇ ਬੱਚਿਆਂ ਨਾਲ ਖੇਡਾਂ ਖੇਡਦੇ ਸੀ, ਉਹਨਾਂ ਦੇ ਘਰਾਂ 'ਚ ਵੀ ਚੱਲ ਜਾਂਦੇ ਸੀ? ਨਹੀਂ, ਅਸੀਂ ਬਾਹਰ ਹੀ ਬੱਚੇ ਨਿੱਕੇ ਨਿੱਕੇ ਖੇਡਦੇ ਰਹਿੰਦੇ ਸਾਂ। ਅੱਛਾ ਅੱਛਾ,
ਜਿਹੜਿਆਂ ਵੱਡਿਆਂ ਸਿੱਖਾਂ ਦੇ ਤਾਂ ਨਾਂ ਯਾਦ ਨੇ ਨਾ, ਉਹਨਾਂ ਦੇ ਸਾਨੂੰ ਨਾਂ ਦੱਸੋ ਜਿਹੜੇ ਜਿਹੜੇ ਦੇ ਵੀ ਆਉਂਦੇ ਨੇ ਜੀ। ਚੌਧਰੀ ਮਿੱਠਾ ਸਿੰਘ, ਅੱਛਾ, ਚੌਧਰੀ ਹਰਨਾਮ ਸਿੰਘ, ਅੱਛਾ, ਚੌਧਰੀ ਬਲਕਾਰ ਸਿੰਘ, ਅੱਛਾ, ਅਤੇ ਚੌਧਰੀ ਨਰਾਇਣਾ, ਇੱਕ ਪੰਡੋਰੀਏ ਪੰਡੋਰੀਏ ਸਾਦੇ ਸਾਂ ਆਪਣੇ ਮਾਮਿਆਂ ਕੋਲ ਗਏ ਸਨ ਅਤੇ ਇੱਥੇ ਰਹੀ ਤਾਂ ਉਹ ਵੀ ਤਰਾਈ, ਅੱਛਾ, ਅਤੇ ਉਹ ਪੰਡੋਰੀਆਂ ਦੀ ਹਵੇਲੀ ਸੀ, ਅੱਛਾ, ਅਤੇ ਉਹ ਪੰਡੋਰੀਏ ਉਹਨਾਂ ਸਾਦੇ ਉਹਨਾਂ ਨਾਂ ਨਹੀਂ ਆ ਉਹ ਮੇਰੇ ਯਾਦ, ਅੱਛਾ, ਉਹਨਾਂ ਦਾ ਨਾਂ ਨਹੀਂ ਜ਼ਿਹਨ 'ਚ, ਵੈਸੇ ਹੈ ਪੰਡੋਰੀਏ। ਅੱਛਾ, ਉਦੋਂ ਇਸ ਪਿੰਡ ਦੇ ਵਿੱਚ ਕੋਈ ਦੁਕਾਨਾਂ ਵੀ ਆਇਆ ਸੀ ਕਰਿਆਨੇ ਦੀਆਂ? ਹਾਂਜੀ, ਉਹ ਸਿੱਖਾਂ ਨੇ ਬਣਾਈਆਂ ਸੀ ਕਿ ਮੁਸਲਮਾਨਾਂ ਨੇ ਬਣਾਈਆਂ ਸੀ? ਇਹ ਖੱਤਰੀ ਸੀ, ਦਾਊ ਖੱਤਰੀ। ਹਾਂਜੀ, ਉਹ ਕਿੱਥੋਂ ਦਾ ਸੀ? ਇਸ ਪਿੰਡ ਦਾ ਹੀ ਸੀ ਕਿ ਬਾਹਰੋਂ? ਇਸ ਪਿੰਡ ਦਾ ਹੀ ਜੀ। ਅੱਛਾ, ਉਹਨੇ ਬਣਾਈ ਸੀ? ਹਾਂਜੀ, ਉਹ ਬੜੀ ਚੱਲਦੀ ਸੀ ਦੁਕਾਨ, ਉਹਦਾ ਨਾਂ ਦਾਊ ਸੀ। ਹਾਂਜੀ, ਉਹਨੇ ਇੱਕ ਤੋਤਾ ਰੱਖਿਆ ਸੀ। ਅੱਛਾ, ਉਹ ਖੁਦ ਤੋਤਾ ਆਉਂਦਾ ਸੀ ਦਾਊ। ਅੱਛਾ, ਚੁੰਘ ਆ ਗਈ ਆ ਛੇਤੀ ਆ ਜਾ, ਚੁੰਘ ਆ ਗਈ ਆ, ਆ ਚੁੰਘ ਆ ਗਈ ਆ ਸੌਦਾ ਲੈਣ ਵਾਲੇ ਬੰਦਾ। ਅੱਛਾ ਅੱਛਾ, ਛੇਤੀ ਆ ਜਾ। ਅੱਛਾ, ਉਧਰੋਂ ਜਨਤੇ ਜਿਹੜੀ ਉਹ ਭੱਜੀ ਲੱਗੀ ਉਨੀਆਂ, ਖਲੋ ਜਾ। ਅੱਛਾ ਅੱਛਾ, ਉਹ ਖੱਤਰੀ ਦੀ ਬੁੱਢੀ ਸੀ ਕਿ ਮਾਂ ਸੀ? ਬੁੱਢੀ ਸੀ। ਅੱਛਾ, ਜਨਤੇ ਉਹਦਾ ਨਾਂ ਸੀ। ਅੱਛਾ ਅੱਛਾ, ਉਹਦਾ ਪੁੱਤਰ ਇੱਥੇ ਹੁਣ ਮਰ ਗਿਆ, ਗਾਮਾ ਸੀ ਉਹਦਾ ਨਾਂ। ਅੱਛਾ, ਉਹ ਮੁਸਲਮਾਨ ਹੋ ਗਏ ਸਨ ਇੱਥੇ ਹੀ। ਅੱਛਾ, ਉਹ ਮੁਸਲਮਾਨ ਹੋ ਗਏ ਸੀ? ਹਾਂਜੀ, ਖੱਤਰੀ। ਅੱਛਾ ਅੱਛਾ, ਖੱਤਰੀ ਮੁਸਲਮਾਨ ਹੋ ਗਏ? ਹਾਂਜੀ ਹਾਂਜੀ। ਉਹ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਅਜੇ ਵੀ? ਅਜੇ ਵੀ ਰਹਿੰਦੇ ਉਹਨਾਂ ਦੇ ਬੱਚੇ। ਅੱਛਾ ਅੱਛਾ, ਠੀਕ ਹੋ ਗਿਆ। ਅੱਛਾ ਬਾਬਾ ਜੀ, ਫਿਰ ਤੁਸੀਂ ਦੱਸਿਆ ਵੀ ਤੁਸੀਂ ਉਹਨਾਂ ਦੇ ਬੱਚਿਆਂ ਨਾਲ ਖੇਡਦੇ ਸੀ, ਬੜੇ ਪਿਆਰ ਮੁਹੱਬਤ ਨਾਲ? ਬੜੇ ਪਿਆਰ ਨਾਲ ਜੀ, ਅਸੀਂ ਉਹਨਾਂ ਨੂੰ ਜੱਫੇ ਮਾਰ ਲੈਂਦੇ ਤਾਂ ਕਦੀ ਉਹ ਥੱਲੇ ਅਤੇ ਕਦੀ ਅਸੀਂ ਥੱਲੇ, ਵੀ ਸੋਹਣਾ ਵਕਤ ਲੰਘਿਆ। ਹਾਂ, ਠੀਕ ਹੋ ਗਿਆ। ਅਤੇ ਜਿਹੜੇ ਉਦੋਂ ਸਿੱਖ ਬੱਚੇ ਤੁਹਾਡੇ ਨਾਲ ਖੇਡਦੇ ਸੀ? ਹਾਂਜੀ, ਸਿੱਖ ਬੱਚੇ, ਉਹਨਾਂ ਦੇ ਨਾਂ ਯਾਦ ਆ ਕਿਸੇ ਦੇ? ਕੈਲਾ, ਟੈਲਾ। ਅੱਛਾ, ਬਸ ਇਹ ਕੋਈ ਇਹਨੂੰ ਕੋਈ ਜਾਣਦੇ ਆ? ਅੱਛਾ ਅੱਛਾ, ਹਾਂਜੀ। ਅੱਛਾ ਬਜ਼ੁਰਗੋ, ਤੁਸੀਂ ਦੱਸਿਆ ਵੀ ਇੱਥੇ ਬੜਾ ਸੋਹਣਾ ਰਹਿੰਦੇ ਸੀ। ਹਾਂਜੀ। ਅੱਛਾ, ਉਹਨਾਂ ਸਾਰਿਆਂ ਇੱਥੇ ਮਾਲ ਡੰਗਰ ਰੱਖੇ ਹੁੰਦੇ ਸੀ ਸਿੱਖਾਂ? ਬਿਲਕੁਲ ਜੀ, ਬੜੇ ਬੜੇ। ਜ਼ਿਆਦਾ ਮਾਲ ਕਿਹਦੇ ਕੋਲ ਹੁੰਦਾ ਸੀ? ਚੋਖਾ ਸਾਰਿਆਂ ਪੰਡੋਰੀਆਂ ਕੋਲ, ਅਤੇ ਸਰਨਾਲੇ ਕੋਲ, ਅਤੇ ਦੂਸਰਾ ਹਰਨਾਮ ਸੀ, ਅਤੇ ਦੂਸਰਾ ਬਲਕਾਰ ਸਿੰਘ ਕੋਲ ਬਤੇਰਾ ਮਾਲ ਸੀ। ਚੌਧਰੀ ਮਿੱਠਾ ਸਿੰਘ ਦੀ ਹਵੇਲੀ ਬੜੀ ਵੱਡੀ ਸੀ। ਅੱਛਾ ਅੱਛਾ, ਮਿੱਠਾ ਸਿੰਘ ਦੀ ਹਵੇਲੀ ਕਿਹੜੀ ਸਾਈਡ 'ਤੇ ਪਿੰਡੋਂ ਹੁੰਦੀ ਸੀ? ਵਿਚਕਾਰ ਹੀ ਸੀ ਪਿੰਡ, ਵਿਚਕਾਰ ਹੀ ਸੀ। ਠੀਕ ਹੋ ਗਿਆ, ਅਤੇ ਠੀਕ ਹੋ ਗਿਆ ਬਜ਼ੁਰਗੋ। ਅਤੇ ਜਿਹੜੇ ਇੱਥੇ ਮੁਸਲਮਾਨ ਸੀ ਉਹਨਾਂ ਨੇ ਵੀ ਮਾਲ ਡੰਗਰ ਰੱਖਿਆ ਹੁੰਦਾ ਸੀ ਸਾਰਾ? ਬੜਾ ਜੀ, ਬੜਾ। ਆਹ ਮਲੂਕ ਵਾਲਾ ਸਾਰਾ ਉਹਨਾਂ ਦਾ ਹੀ ਸੀ, ਮੁਸਲਮਾਨਾਂ ਦਾ ਹੀ। ਅੱਛਾ ਅੱਛਾ, ਹਾਂਜੀ, ਠੀਕ ਹੋ ਗਿਆ। ਮਲੂਕ ਵਾਲੇ ਬਾਤੀਆਂ ਹਵੇਲੀਆਂ ਉਹਨਾਂ ਦੀਆਂ ਹੀ ਸਨ। ਅੱਛਾ ਬਾਬਾ ਜੀ, ਇੱਥੇ ਬੜੇ ਸੋਹਣੇ ਵੱਸਦੇ ਸੀ ਸਾਰੇ ਸਿੱਖ ਜਿਨ੍ਹਾਂ ਦੇ ਤੁਸੀਂ ਨਾਂ ਲਏ, ਅਤੇ ਜਦੋਂ ਵੰਡ ਹੋਈ ਆ ਫਿਰ ਇਹ ਕਿੱਦਾਂ ਗਏ ਇੱਥੋਂ ਸਿੱਖ? ਕਿਵੇਂ ਨਿਕਲੇ ਨੇ? ਇਹ ਰਾਤ ਨੂੰ ਨਿਕਲੇ ਸੀ ਕਿ ਦਿਨੇ ਨਿਕਲੇ ਸੀ? ਇਹ ਜੀ, ਮਿੱਠਾ ਸਿੰਘ ਜਿਹੜਾ ਮੀਂਹ ਬਹੁਤ ਪੈਂਦਾ ਸੀ, ਇੰਨਾ ਇੰਨਾ ਤਾਂ ਪਾਣੀ ਸੀ ਇੱਥੇ ਪਿੰਡ ਦੇ ਆਲੇ ਦੁਆਲੇ? ਹਾਂਜੀ। ਅੱਛਾ, ਅਤੇ ਫਿਰ ਸਾਡਾ ਪਿਓ ਅਤੇ ਸਾਡੇ ਭਰਾ ਜਿਹੜੇ ਬੜੇ ਬਦਮਾਸ਼ ਸਨ। ਅੱਛਾ, ਤੁਹਾਡੇ ਭਰਾ? ਆਹ, ਤੁਹਾਡੇ ਭਰਾ ਚੌਧਰੀ ਮਿੱਠਾ ਸਿੰਘ ਦੇ, ਬਲਕਾਰ ਦੇ, ਅਤੇ ਹਰਨਾਮ ਸਿੰਘ ਦੇ, ਅਤੇ ਸਰੈਣੇ ਆਰਾਂ ਦੇ, ਇਹ ਸਾਰੇ ਜੀ ਜਿਹੜੇ ਇਕੱਠੇ ਕਰਕੇ ਅਤੇ ਉਹ ਸੱਚੇ ਸੌਦੇ ਲੈ ਕੇ ਗਿਆ ਸੀ ਤੁਹਾਡੇ ਭਰਾ? ਆਹ, ਤੁਹਾਡੇ ਭਰਾਵਾਂ ਦਾ ਨਾਂ ਕੀ ਸੀ ਦੋਵਾਂ ਦਾ, ਵੱਡਿਆਂ ਦਾ? ਗੁਲਾਮ ਅਤੇ ਵਰਿਆਮ। ਵਰਿਆਮ, ਹਾਂਜੀ, ਗੁਲਾਮ ਅਤੇ ਵਰਿਆਮ ਤੁਹਾਡੇ ਭਰਾ ਸਨ? ਭਰਾ ਸਨ। ਇਹ ਸਾਰਿਆਂ ਸਿੱਖਾਂ ਨੂੰ ਇਕੱਠਾ ਕਰਕੇ ਸੱਚਾ ਸੌਦਾ ਛੱਡ ਕੇ ਆਏ? ਛੱਡ ਕੇ ਆਏ ਫਰੂਕਾਬਾਦ ਝੂੜਕਾਣਾ। ਹਾਂਜੀ, ਉਹਦਾ ਨਾਂ ਪੁਰਾਣਾ ਝੂੜਕਾਣਾ, ਹੁਣ ਉਹਨੂੰ ਫਰੂਕਾਬਾਦ ਕਹਿੰਦੇ ਨੇ। ਹਾਂਜੀ ਹਾਂਜੀ ਹਾਂਜੀ, ਸੱਚਾ ਸੌਦਾ ਗੁਰਦੁਆਰਾ ਸਾਹਿਬ ਜਿਹੜਾ, ਹਾਂਜੀ, ਉੱਥੇ ਛੱਡ ਕੇ ਆਏ ਤੁਹਾਡੇ ਭਰਾ ਇਹਨਾਂ ਸਿੱਖਾਂ ਨੂੰ? ਹਾਂਜੀ, ਨਾਲ ਛੱਡ ਕੇ ਆਏ। ਉਹ ਸਾਰਿਆਂ ਸਰਦਾਰਾਂ ਨੂੰ ਛੱਡ ਕੇ ਆਏ ਸੀ ਕਿ ਇਕੱਲੇ ਕਿਸੇ ਘਰ ਸਾਹਿਬ ਨੂੰ ਜੀ? ਕੋਈ ਥਾਣੇਦਾਰ ਜਿਹੜਾ ਨਾ, ਹਾਂਜੀ, ਉਹ ਫੈਰੰਗ ਖੋਲਣ ਲੱਗਾ ਸੀ। ਅੱਛਾ, ਅਤੇ ਚੌਰੀ ਫਤਿਹ ਦੀ ਨੇ ਆਖਿਆ ਸੀ ਨਾ ਸਾਡੇ ਭਾਈ ਨੇ, ਅਸਾਨੀ ਇੱਥੇ ਸਾਡੀਆਂ ਭੈਣਾਂ ਨੇ, ਸਾਡੀਆਂ ਧੀਆਂ ਵੀ ਨੇ ਨਾਲ, ਅਤੇ ਤੁਸੀਂ ਪਿਹਾੜ ਜੋ ਅਸੀਂ ਅਸਾਂ ਇਹ ਜ਼ੁਲਮ ਨਹੀਂ ਹੋਣ ਦੇਣਾ। ਅੱਛਾ, ਅਤੇ ਫਿਰ ਮੇਰਾ ਭਾਈ ਅਤੇ ਮੇਰੇ ਵੱਡੇ ਵੱਡੇ ਚੌਧਰੀ ਇੱਥੋਂ ਦੇ, ਮੇਰਾ ਦੋਵੇਂ ਮੇਰੇ ਭਰਾ ਬਦਮਾਸ਼ ਸਨ। ਅੱਛਾ, ਉਹ ਨਾਲ ਗਏ ਵੀ ਕੋਈ ਐਸੇ ਵੈਸੇ ਉਹ ਆਪਣੇ ਬਲੋਚ ਜਿਹੜੇ ਸਨ, ਇਹ ਬੜੀਆਂ ਬਲਾਈ ਸਨ, ਅਤੇ ਉਹ ਪੈ ਕੁੱਦ ਕੇ। ਅੱਛਾ, ਇਹਨਾਂ ਸਰਾ ਜੱਟਾਂ ਸਿੱਖਾਂ ਸਰਾਵਾਂ ਨੂੰ? ਆਹੋ। ਅੱਛਾ, ਅਤੇ ਫਿਰ ਸਾਡੇ ਬੰਦੇ ਅੱਗੇ ਹੋ ਗਏ। ਅੱਛਾ, ਮੁਸਲਮਾਨ ਤਾਂ
ਕ੍ਰਿਸ਼ਨ ਅੱਗੇ ਹੋ ਗਏ? ਹਾਂ ਜੀ, ਇਹਨਾਂ ਨੂੰ ਬਚਾਉਣ ਵਾਸਤੇ ਸਿੱਖਾਂ ਨੂੰ ਬਚਾਉਣ ਵਾਸਤੇ। ਅੱਛਾ ਅੱਛਾ, ਖਬਰਦਾਰ ਜੇ ਇਹਨੀ ਗੱਲ ਕੀਤੀ ਤੇ ਪਹਿਲੇ ਸਾਨੂੰ ਮਾਰੋ ਫਿਰ ਇੱਥੇ ਪਹੁੰਚੋ ਸਿੱਖਾਂ ਤੱਕ। ਬਿਲਕੁਲ ਜੀ ਬਿਲਕੁਲ, ਅਸੀਂ ਸੱਚੇ ਸੁੱਖ ਦੇ ਸਾਡੇ ਭਰਾ ਛੱਡ ਕੇ ਤੇ ਫਿਰ ਪਿਛਾਂ ਵਾਪਸ ਆਏ ਸਨ। ਅੱਛਾ, ਉਸ ਜਿਹੜੇ ਸਿੱਖ ਇੱਥੋਂ ਨਿਕਲੇ ਫਿਰ? ਹਾਂਜੀ, ਦਿਨੇ ਨਿਕਲੇ ਸੀ, ਰਾਤ ਨੂੰ ਨਿਕਲੇ ਸੀ, ਕਿਹੜੇ ਟਾਈਮ ਨਿਕਲੇ ਸੀ? ਦਿਨੇ ਦਿਨੇ। ਕਿੰਨੇ ਕੁ ਵਜੇ ਨਿਕਲੇ ਸੀ? ਕੋਈ 9-10 ਵਜੇ। ਅਤੇ ਉਹ ਇੱਥੇ ਆਪਣਾ ਘਰ ਬਾਰ ਉਹਨਾਂ ਛੱਡਣਾ ਔਖਾ ਨਾ ਲੱਗਾ, ਉਹਨਾਂ ਨੂੰ ਕਿਵੇਂ ਦਾ ਲੱਗਾ ਸੀ? ਬਸ ਜੀ, ਉਹਨਾਂ ਨੂੰ ਤੇ ਆਪਣੀ ਜਾਨ ਦੀ ਪੈ ਗਈ ਸੀ। ਅੱਛਾ, ਉਹਨਾਂ ਨੂੰ ਨਿਕਲਣ ਦਾ ਤਾਂ ਸੁਵਿਧਾ ਹੀ ਕੋਈ ਨਹੀਂ ਸੀ, ਸਿਰਫ ਆਪਣੀ ਜਾਨ ਦੀ ਪੈ ਗਈ ਸੀ ਵੀ ਸਾਹ ਕਿਵੇਂ ਨਾ ਕਿਵੇਂ ਆਪਣੇ ਮੁਕਾਮ 'ਤੇ ਪਹੁੰਚ ਜਾਈਏ। ਸੱਚਾ ਸੌਦਾ? ਹਾਂਜੀ। ਅੱਛਾ ਅੱਛਾ, ਫਿਰ ਉੱਥੇ ਚਲੇ ਗਏ? ਆਹੋ ਜੀ, ਉੱਥੇ ਚਲੇ ਗਏ, ਤੁਹਾਡੇ ਭਾਈ ਛੱਡ ਕੇ ਆਏ? ਹਾਂਜੀ। ਜਦੋਂ ਤੁਹਾਡੇ ਭਾਈ ਉਹਨਾਂ ਨੂੰ ਛੱਡਣ ਗਏ, ਜਦੋਂ ਇੱਥੋਂ ਸਿੱਖ ਨਿਕਲੇ ਨੇ ਸਾਰੇ ਜਣੇ, ਹਾਂਜੀ, ਉਹ ਆਪਣਾ ਲੀੜਾ ਕੱਪੜਾ ਖਾਣ ਪੀਣ ਡੰਗਰ ਡੁੰਗਰ ਨਹੀਂ ਨਾਲ ਲੈ ਕੇ ਗਏ? ਨਹੀਂ 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 ਨਹੀਂ, ਹਾਂ, ਅੱਗੇ ਤਾਂ ਬੜਾ ਵੱਡਾ ਪ੍ਰੋਗਰਾਮ ਸੀ, ਅੱਗੇ ਉਹਨਾਂ ਨੂੰ ਸਭ ਕੁਝ ਮਿਲ ਗਿਆ। ਅੱਛਾ ਅੱਛਾ, ਖਾਣ ਪੀਣ? ਹਾਂਜੀ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਫਿਰ ਤੁਸੀਂ ਉੱਥੋਂ ਛੱਡ ਆਏ ਤੁਹਾਡੇ ਵੱਡੇ ਉਹਨਾਂ ਨੂੰ? ਹਾਂਜੀ। ਫਿਰ ਵਾਪਸ ਆ ਗਏ ਇੱਥੇ ਪਿੰਡ? ਇੱਥੇ। ਅਤੇ ਫਿਰ ਇੱਥੇ ਪਿੰਡ ਦਾ ਮਾਹੌਲ ਕਿਵੇਂ ਲੱਗਾ? ਸੁੰਨਾ ਸੁੰਨਾ ਨਹੀਂ ਸੀ ਲੱਗਦਾ ਵੀ ਯਾਰ ਇੱਥੇ ਇੰਨੇ? ਸੁੰਨਾ ਸੁੰਨਾ, ਬਹੁਤ ਹੀ ਖਸਾ ਵਾਲੀਆਂ ਹੋਈਆਂ, ਸਾਰੇ ਸੋਹਣੇ ਸੋਹਣੇ ਚੌਰੀਆਂ ਦੇ ਪਿੰਡ ਸੀ। ਹਾਂਜੀ, ਘਰ ਸਨ। ਅੱਛਾ, ਅਤੇ ਬੜੇ ਰੰਡੇ ਰੰਡੇ ਲੱਗਣ, ਕੋਈ ਜੀ ਨਾ ਨਜ਼ਰੀ ਆਵੇ, ਬੜੀ ਪਰੇਸ਼ਾਨੀ ਸੀ ਸਾਰੇ ਇੱਥੋਂ ਦੇ ਸਰਾਵਾਂ ਨੂੰ ਵੀ ਬੜੀ ਪਰੇਸ਼ਾਨੀ ਸੀ। ਉਹੋ ਹੀ ਭਰਾ ਮੁਸਲਮਾਨ ਅਤੇ ਉਹੀ ਭਰਾ ਸਿੱਖ, ਇੱਕੋ ਦਾਦੇ ਦੀ ਲਾਦ, ਅਤੇ ਇਹਨਾਂ ਨੂੰ ਖਿੱਚ ਨਾ ਪਈ ਆਪਸ 'ਚ ਸਾਰਿਆਂ? ਬਸ ਪੈ ਗਈ, ਅਤੇ ਤਾਂ ਹੀ ਖਿੱਚ ਪਈ ਸੀ, ਅਤੇ ਚੌਰੀ ਫਤਿਹ ਦੇਣ ਨੇ ਆਖਿਆ ਜੀ ਥਾਣੇਦਾਰ ਨੂੰ ਦਬਾਓ ਜਾਏ ਤੋਂ, ਅਸਾਂ ਬੱਚੀਆਂ ਬੱਚੇ ਨਹੀਂ ਮਰਵਾਉਂਦੇ ਨੇ, ਸਾਡੀਆਂ ਸਾਡਾ ਤੁਖਮ ਹੈ ਵੀ। ਫਿਰ ਕਿਹੜੀ ਗੱਲ ਉਹ ਭਾਵੇਂ ਸਿੱਖ ਨੇ, ਵੀ ਹੈ ਤਾਂ ਸਾਡੇ ਆਪਣੇ ਹੀ ਨੇ ਨਾ? ਆਪਣੇ ਨੇ, ਖੂਨ ਨੂੰ ਫਿਰ ਖੂਨ ਖਿੱਚ ਮਾਰੀ? ਹਾਂ ਜੀ ਬਿਲਕੁਲ। ਫਿਰ ਉਹਨੇ ਆਖਿਆ ਦੂਰ ਹੋ ਜਾ, ਵੀ ਚਲਾ ਜਾ ਤੂੰ। ਹਾਂ, ਚਲਾ ਜਾ ਇੱਥੋਂ। ਅੱਛਾ 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 ਬਾਬਾ ਜੀ, ਫਿਰ ਛੱਡ ਆਏ, ਫਿਰ ਆ ਗਏ ਫਿਰ ਇੱਥੇ ਤੁਸੀਂ ਗੱਲਾਂ ਬਾਤਾਂ? ਹਾਂ ਜੀ। ਫਿਰ ਵਾਸਣ ਲੱਗ ਪਏ? ਹਾਂ ਜੀ। ਅਤੇ ਫਿਰ ਸਿੱਖ ਜਿਹੜੇ ਉੱਧਰ ਗਏ ਨੇ, ਹਾਂਜੀ, ਇੱਥੋਂ ਉੱਠ ਕੇ ਸਰਾ, ਉਹ ਕਦੀ ਇੱਥੇ ਆਏ ਨਹੀਂ ਮੁੜ ਕੇ ਕਦੀ? ਨਹੀਂ, ਉਹਨਾਂ ਇੱਕ ਐਲਾਨ ਕੀਤਾ ਸੀ। ਅੱਛਾ, ਕੀ ਉਹਨਾਂ ਐਲਾਨ ਕੀਤਾ ਸੀ? ਸਾਡਾ ਬਸ਼ੀਰ ਨਾਈ ਗਿਆ ਸੀ ਉੱਥੇ। ਅੱਛਾ, ਉਹਨਾਂ ਕਿਹਾ ਸੀ ਕਿ ਜੇ ਕੋਈ ਮਰਾਦਾਂ ਦਾ ਮੁੰਡਾ ਹੋਵੇ। ਅੱਛਾ, ਹਾਕਮ ਦਾ? ਅੱਛਾ, ਅਤੇ ਉਹ ਸਾਡੇ ਕੋਲ ਕਲਾਓ, ਵਰਿਆਮ ਜਾਂ ਗੁਲਾਮ ਜਾਂ ਉਹਦਾ ਕੋਈ ਹੋਰ ਛੋਟਾ ਭਾਈ। ਅੱਛਾ, ਵੀ ਤੁਹਾਡੇ ਵਾਲਦ ਸਾਹਿਬ ਦਾ ਨਾਂ ਲਿਆ ਅਤੇ ਤੁਹਾਡੀ ਵਾਲਦਾ ਦਾ ਲਿਆ? ਹਾਂ, ਵੀ ਉਹਨਾਂ ਦਾ ਬੱਚਾ ਕੋਈ ਹੋਵੇ ਸਾਡੇ ਕੋਲ ਕਲਾਓ ਕਲਾਓ, ਸਾਡੇ ਕੋਲ ਤਾਕਤ ਹੀ ਕੋਈ ਨਹੀਂ ਜਾਣ ਦੀ, ਪਾਸਪੋਰਟ ਵੀ ਬਣਵਾਇਆ, ਸਾਰੇ ਕੰਮ ਕੀਤੇ ਨੇ, ਅਤੇ ਜਾਣ ਦੀ ਤਾਕਤ ਨਹੀਂ ਪਈ, ਵੀਜ਼ਾ ਹੀ ਨਹੀਂ ਲੱਗਦਾ ਰਿਹਾ। ਠੀਕ ਹੋ ਗਿਆ, ਤੁਹਾਡੀ ਗੱਲ ਹੁਣ ਕਰਵਾਵਾਂਗੇ, ਅੱਗੇ ਤੁਹਾਡੀ ਗੱਲ ਕਰਵਾਈ ਵੀ ਆ ਬੰਦੇ ਨਾਲ, ਉਹਨੂੰ ਹੁਣ ਕਿਹਾ ਵਾ ਵੀ ਇਹਨਾਂ ਦੇ ਪਿੰਡ ਜਾ, ਇਹਨਾਂ ਦੇ ਗੱਲ ਕਰਵਾਓ ਸਰਾਵਾਂ ਨਾਲ। ਹਾਂਜੀ, ਜਿਹੜੇ ਉੱਧਰ ਚਲੇ ਗਏ ਨੇ ਉਹਨਾਂ ਦਾ ਇੱਕ ਨਾਂ ਇੱਕ ਦਫਾ ਉਹਨਾਂ ਦਾ ਨਾਂ ਫਿਰ ਲੈ ਲਵੋ, ਜਿਹੜੇ ਸਿੱਖ ਤੁਹਾਡੇ ਵਾਕਫ ਸਨ ਜਿਹੜੇ ਇਧਰੋਂ ਲੰਬੜਦਾਰ ਉੱਠ ਕੇ ਗਏ ਨੇ, ਉਹਨਾਂ ਦਾ ਨਾਂ ਫਿਰ ਲੈ ਲਓ ਇੱਕ ਦਫਾ। ਸਾਡੇ ਪਿੰਡ ਦੇ ਚੌਧਰੀ ਜਿਹੜੇ ਸਨ ਸਰਦਾਰ, ਹਾਂਜੀ, ਇੱਕ ਦਾ ਨਾਂ ਸੀ ਚੌਰੀ ਮਿੱਠਾ ਸਿੰਘ। ਅੱਛਾ, ਲੰਬੜਦਾਰ ਸੀ ਪਿੰਡ ਦਾ। ਅੱਛਾ, ਇੱਕ ਦਾ ਨਾਂ ਸੀ ਹਰਨਾਮ ਸਿੰਘ, ਉਹ ਵੀ ਸਰਦਾਰ ਸੀ ਸਾਡਾ ਚੌਧਰੀ, ਬੜਾ ਸੋਹਣਾ। ਫਿਰ ਬਲਕਾਰ ਸਿੰਘ, ਫਿਰ ਪੰਡੋਰੀਏ, ਉਹਨੇ ਅੱਲ ਪੰਡੋਰੀਆ ਸੀ ਅਤੇ ਮਾਮਿਆਂ ਕੋਲ ਜਾ ਕੇ ਤੋਂ ਉਹ ਪੰਡੋਰੀਆ ਪੰਡੋਰ ਦੇ ਵਿੱਚੋਂ ਆ ਗਏ ਇੱਥੇ। ਅੱਛਾ, ਫਿਰ ਦੂਸਰਾ ਸਾਰੇ ਚੌਧਰੀ ਜਿੰਨੇ ਸਿੱਖ ਸਨ ਉਹ ਸਾਰੇ ਜਿੰਨਿਆਂ ਨੂੰ ਉਹਨਾਂ ਆਵਾਜ਼ ਮਾਰੀ, ਦਿਲ ਦੇ ਵਿੱਚ ਤਹੀਆ ਕੀਤਾ ਕਿ ਮਰਾਦਾਂ ਦੇ ਮੁੰਡੇ ਨੂੰ ਕਿਸੇ ਨੂੰ ਕਲਾਈਏ। ਅੱਛਾ, ਅਤੇ ਵਰਿਆਮ ਅਤੇ ਗੁਲਾਮ, ਅੱਛਾ ਅੱਛਾ, ਉਹ ਕੋ ਆਉਣ ਸਾਡੇ ਕੋਲ ਅਤੇ ਅਸੀਂ ਉਹਨਾਂ ਨੂੰ ਰਾਜ਼ੀ ਕਰੀਏ। ਅੱਛਾ, ਹਾਂ, ਸਾਡੀ ਮਾਂ ਬੜੀ ਨੇਕ ਰੂਹ ਸੀ, ਭਲਾ ਬੰਦਾ ਸੀ। ਅੱਛਾ, ਅਤੇ ਉਹਨੇ ਆਖਿਆ ਸੀ ਮਰਾਦਾਂ ਦੇ ਮੁੰਡੇ ਨੂੰ ਕਿਸੇ ਨਾ ਕਿਸੇ ਨੂੰ ਕਲਾਈਏ, ਇੱਥੋਂ ਜਾ ਕੇ ਕਲਾਈਏ, ਜੋ ਵੀ ਮੰਗਦੇ ਨੇ ਅਸੀਂ ਦਈਏ, ਉਹ ਸਰਦਾਰ ਕਹਿੰਦੇ ਸਨ। ਹਾਂਜੀ। ਅੱਛਾ ਬਾਬਾ ਜੀ, ਤੁਸੀਂ ਦੱਸਣ ਡੇ ਸੀ ਵੀ ਇੱਥੇ ਆਏ ਸਨ ਇੱਕ ਸਰਦਾਰ ਜਿਨ੍ਹਾਂ ਨੇ ਇੱਥੇ ਗੱਡੀ ਰੋਕੀ ਸੀ? ਹਰਨਾਮ ਸਿੰਘ ਸੀ। ਅੱਛਾ, ਹਰਨਾਮ ਸਿੰਘ ਨੇ ਇੱਥੇ ਗੱਡੀ ਰੋਕੀ? ਹਾਂਜੀ। ਅੱਛਾ, ਫਿਰ ਉਹ ਕਿੰਨੀ ਦੇਰ ਇੱਥੇ ਪਿੰਡ ਰਹਿ ਕੇ ਗਿਆ ਤੁਹਾਨੂੰ ਮਿਲਿਆ ਸਾਰਿਆਂ ਨੂੰ ਫਿਰ ਉਹ? ਹਾਂਜੀ, 2 ਘੰਟੇ 3-2.5 ਅਤੇ ਗੱਡੀ ਇੱਥੇ ਖਲੋਤੀ ਰਹੀ? ਖਲੋਤੀ ਰਹੀ।
ਉਹਨਾਂ ਦੀ ਤਾਕਤ ਹੀ ਬਹੁਤ ਸੀ। ਇਹ ਕਿੰਨੇ ਕੁ ਸਾਲ ਪਹਿਲਾਂ ਦੀ ਗੱਲ ਹੈ ਵੀ ਜਦੋਂ ਆਏ ਸਨ ਉਹਨਾਂ ਇੱਥੇ ਗੱਡੀ ਆ ਕੇ ਰੋਕੀ? ਇਹ ਆਏ ਸਨ ਨਨਕਾਣਾ ਸਾਹਿਬ। ਅੱਛਾ। ਅਤੇ ਨਨਕਾਣਾ ਸਾਹਿਬ ਇਹਨੇ ਲਗੇ ਜਾਂਦੇ ਸਨ ਅਤੇ ਇਹਨਾਂ ਆਖਿਆ ਖਲੋ ਜਾ ਠਹਿਰ ਜਾ, ਅਸੀਂ ਸਾਡਾ ਪਿੰਡ ਆ ਗਿਆ। ਵੀ ਆਪਣਾ ਪਿੰਡ ਵੇਖ ਕੇ ਜਾਣਾ, ਖਿੱਚ ਪੈ ਗਈ। ਹਾਂ, ਫਿਰ ਉਹਨਾਂ ਗੱਡੀ ਰੋਕ ਦਿੱਤੀ? ਰੋਕ ਦਿੱਤੀ ਜੀ। ਠੀਕ ਹੋ। ਅਤੇ ਬਜ਼ੁਰਗੋ, ਅੱਛਾ ਵੇਲਾ ਉਹ ਸਹੀ ਸੀ ਬਚਪਨ ਵਾਲਾ, ਸਾਰੇ ਰਲ ਮਿਲ ਕੇ ਰਹਿੰਦੇ ਸੀ ਕਿ ਆਹ ਵੇਲਾ ਚੰਗਾ? ਬਿਲਕੁਲ ਜੀ, ਰਲ ਕੇ ਬਹਿੰਦੇ ਸਨ, ਰਲ ਕੇ ਬਹਿਣਾ, ਖਲੋਣਾ, ਉਰਾਂ ਪਰਾਂ ਹਰ ਇੱਕ ਚੀਜ਼, ਇੱਕ ਦੂਸਰੇ ਦੀ ਗੱਲ ਕਰਨੀ, ਚੁਗਲੀ ਨਹੀਂ ਸੀ, ਲੜਾਈ ਝਗੜਾ ਨਹੀਂ ਸੀ। ਨਾ ਜੀ, ਨਾ ਜੀ, ਪਿਆਰ ਮੁਹੱਬਤ ਨੇ। ਹੁਣ ਮੇਰਾ ਵਿੱਚ ਨਾਂ ਪਾ ਲਓ ਕਿ ਮੈਂ ਵਿਲਾਸ ਮਸੀਹ ਹਾਂ, ਹਾਕਮ ਦਾ ਮੁੰਡਾ ਵਾਂ, ਮੁਰਾਦਾਂ ਦਾ ਮੁੰਡਾ ਵਾਂ ਜੀ ਜੀ, ਅਤੇ ਮੇਰਾ ਰੂਹ ਕਰਦਾ ਮੈਂ ਆਪਣੇ ਸਰਦਾਰਾਂ ਨੂੰ ਮਿਲਾਂ। ਆਮੀਨ। ਅੱਛਾ ਬਜ਼ੁਰਗੋ, ਮੈਂ ਪੁੱਛ ਰਿਹਾ ਸਾਂ ਕਿ ਵੇਲਾ ਬਚਪਨ ਵਾਲਾ ਠੀਕ ਸੀ ਕਿ ਆਹ ਵੇਲਾ ਠੀਕ ਹੈ? ਇਹ ਜੀ, ਉਹ ਬਚਪਨ ਵਾਲਾ ਜਿਹੜਾ ਸੀ ਨਾ, ਉਹ ਬਹੁਤ ਬੁਲੰਦ ਸੀ। ਆਹ ਵੇਲਾ ਕੋਈ, ਉਹ ਵੇਲਾ ਕਿਉਂ ਸਹੀ ਸੀ ਅਤੇ ਆਹ ਵੇਲਾ ਕਿਉਂ ਨਹੀਂ ਸਹੀ ਹੈ, ਇਹ ਕੀ ਵਜ੍ਹਾ? ਰਲ ਕੇ ਬਹਿੰਦੇ ਸਨ, ਰਲ ਕੇ ਬਾਤ ਕਰਦੇ ਸਨ, ਇੱਕ ਦੂਸਰੇ ਦੇ ਸਾਈਂ ਸਾਹ ਲੈਂਦੇ ਸਨ। ਅੱਛਾ। ਹੁਣ ਮੈਂ ਤੈਨੂੰ ਨਹੀਂ ਜਾਣਦਾ, ਤੂੰ ਮੈਨੂੰ ਨਹੀਂ ਜਾਣਦਾ। ਹਾਂਜੀ। ਬੋਲਣਾ ਕਬੂਲ ਨਹੀਂ ਕਰਦੇ। ਵੀ ਉਦੋਂ ਚਾਹਤ ਸੀ ਦਿਲਾਂ ਵਿੱਚ? ਉਦੋਂ ਚਾਹਤ ਸੀ। ਵੀ ਉਹ ਵੇਲਾ ਯਾਦ ਹੁਣ ਵੀ ਆਉਂਦਾ? ਹੁਣ ਵੀ ਆਉਂਦਾ। ਤੂੰ ਭੁੱਲਦਾ ਕਿਉਂ ਨਹੀਂ? ਨਹੀਂ ਭੁੱਲਦਾ। ਪੌਣੀ ਸਦੀ ਹੋ ਗਈ ਪਾਕਿਸਤਾਨ ਬਣੇ ਨੂੰ, ਤੇ ਭੁੱਲਦਾ ਕਿਉਂ ਨਹੀਂ? ਉਸ ਵੇਲਾ ਇਸ ਤਰ੍ਹਾਂ ਕਿ ਜਿਵੇਂ ਮੇਰੀਆਂ ਅੱਖਾਂ ਦੇ ਅੱਗੇ ਹੀ ਹੈ। ਇੱਦਾਂ ਹੀ ਲੱਗਦਾ ਉਹ ਹੀ ਹੈ? ਉਹ ਹੀ ਹੈ। ਪਰ ਹੁਣ ਆਹ ਜਿਹੜਾ ਮੁਕਾਮ ਹੈ ਇਹ ਨਹੀਂ। ਕਦੀ ਇਕੱਲਿਆਂ ਬੈਠਿਆਂ ਲੰਮੇ ਪਿਆਂ ਅੱਖਾਂ ਦੇ ਮੂਹਰੇ ਆ ਜਾਂਦਾ? ਹਾਂਜੀ। ਉੱਦਾਂ ਹੀ ਨੱਸਦੇ ਭੱਜਦੇ ਸਰਦਾਰ, ਗੱਲਾਂ ਬਾਤਾਂ ਉਰਾਂ ਪਰਾਂ ਸਾਰੀਆਂ ਨਜ਼ਰੀ ਆਉਂਦੀਆਂ ਨੇ। ਹੋਰ ਤੁਸੀਂ ਆਪਣੇ ਸਰਦਾਰਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਡੇ ਸਿੱਖ ਇੱਧਰੋਂ ਗਏ ਨੇ? ਅਸੀਂ ਇਹ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਅਸਾਂ ਪਾਸਪੋਰਟ ਹੀ ਬਣਾਇਆ। ਅੱਛਾ। ਅਤੇ ਵੀਜ਼ਾ ਵੀ ਲਵਾਉਣ ਵਾਸਤੇ ਗਏ ਇਸਲਾਮਾਬਾਦ। ਅੱਛਾ। ਸਾਡੇ ਬਸ਼ੀਰ ਨਾਈ ਨੇ ਆਖਿਆ ਕਿ ਜਾਓ ਤੂੰ ਪਾਸਪੋਰਟ ਬਣਾ ਕੇ ਅਤੇ ਚਲਾ ਜਾ, ਤੁਹਾਡਾ ਤੁਹਾਨੂੰ ਯਾਦ ਕਰਦੇ ਨਾਮ ਦਾ ਨਾਂ ਲੈਂਦੇ ਨੇ, ਅਤੇ ਮੁਰਾਦਾਂ ਦਾ ਮੁੰਡਾ ਕੋਈ ਵੀ ਹੋਵੇ ਤੂੰ ਚਲਾ ਜਾ। ਅੱਛਾ। ਮੈਂ ਫਿਰ ਪਾਸਪੋਰਟ ਬਣਾਇਆ, ਸਾਰੇ ਕਿਸੇ ਕਹਾਣੀ ਕੀਤੇ। ਅੱਛਾ। ਅਤੇ ਫਿਰ ਮੈਂ ਨਾਕਾਮ ਹੋ ਗਿਆ। ਅੱਛਾ। ਵੀਰੋ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਬਜ਼ੁਰਗ ਅੱਜ ਵੀ ਉਸ ਵੇਲੇ ਨੂੰ ਯਾਦ ਕਰਦੇ ਨੇ, ਅਤੇ ਉਹ ਸਰਦਾਰਾਂ ਨੂੰ ਜਿਹੜੇ ਇੱਥੋਂ ਸਰਦਾਰ ਉੱਠ ਕੇ ਗਏ ਨੇ ਪਾਰਟੀਸ਼ਨ ਦੇ ਵੇਲੇ, ਉਹਨਾਂ ਨੂੰ ਅੱਜ ਵੀ ਇਹ ਚੇਤੇ ਕਰਦੇ ਨੇ ਅਤੇ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ। ਅਤੇ ਮੈਂ ਵੀਰਾਂ ਨੂੰ ਰਿਕੁਐਸਟ ਕਰਦਾ ਕਿ ਜੇ ਕੋਈ ਸਾਡਾ ਭਾਈ ਉੱਧਰ ਵੇਖ ਰਿਹਾ ਹੈ, ਕੋਈ ਮੁਸਲਮਾਨ, ਕੋਈ ਸਰਦਾਰ, ਕੋਈ ਹਿੰਦੂ, ਸਾਡਾ ਵੀਰ, ਸਾਰੇ ਸਾਡੇ ਵੀਰ ਹੀ ਨੇ, ਕਿਉਂਕਿ ਅਸੀਂ ਰਲ ਮਿਲ ਕੇ ਰਹਿਣਾ ਚਾਹੀਦਾ ਸਭ ਨੂੰ, ਅਤੇ ਇਹ ਬਜ਼ੁਰਗਾਂ ਦਾ ਉਹਨਾਂ ਨਾਲ ਰਾਬਤਾ ਕਰਵਾਉਣ, ਉਹਨਾਂ ਦੀ ਗੱਲਬਾਤ ਕਰਵਾਉਣ, ਅਤੇ ਅਸੀਂ ਉਹਨਾਂ ਨੂੰ ਆਪਣਾ ਨੰਬਰ ਦੇ ਦੇਵਾਂਗੇ ਅਤੇ ਇਹ ਬਜ਼ੁਰਗਾਂ ਨਾਲ ਉਹਨਾਂ ਦੀ ਗੱਲਬਾਤ ਕਰਵਾਈਏ ਅਤੇ ਇਹਨਾਂ ਦੇ ਦਿਲ ਦੀ ਖੁਆਇਸ਼ ਪੂਰੀ ਹੋਵੇ। ਅਤੇ ਚਲੋ ਅਸੀਂ ਹੁਣ ਚੱਲਦੇ ਹਾਂ, ਸਾਨੂੰ ਇਜਾਜ਼ਤ ਦੇਵੋ, ਫਿਰ ਮਿਲਦੇ ਹਾਂ ਕਿਸੇ ਬਜ਼ੁਰਗ ਨਾਲ, ਅਤੇ ਅੱਲਾ ਹਾਫਿਜ਼।